ਅਸਲਾਮ ਅਲੈਕਮ ਜੀ, ਕੀ ਹਾਲ ਆ ਜਨਾਬ? ਇਹ ਦੇਖ ਲਓ ਗੁਲਾਬ ਜਿਹੜਾ ਨਾ, ਅਤੇ ਆਹ ਸ਼ੇਵਲ, ਯਾਨੀ ਕਿ ਗੁਲਾਬ ਖੜ੍ਹਾ ਸ਼ੇਵਲ ਦੀ ਵਜ੍ਹਾ ਤੋਂ। ਸ਼ੇਵਲ ਦਾ ਬਾਕਟ ਵਿੱਚ ਰੱਖਿਆ ਕਾਫੀ ਦਿਨ ਹੋ ਗਏ, ਤਕਰੀਬਨ ਹਫ਼ਤਾ ਡੇਢ ਹੋ ਗਿਆ। ਅਤੇ ਬਾਕਟ ਇਹਦਾ ਮਸਲਾ ਹੈਗਾ, ਮੇਰਾ ਖਿਆ ਹਾਈਡਰੋਲਿਕ ਦਾ ਮਸਲਾ ਜਾਂ ਕੇ ਆ ਜਾਂ ਬਾਕਟ ਦਾ ਮਸਲਾ। ਮੈਨੂੰ ਹਾਈਡਰੋਲਿਕ ਦਾ ਮਸਲਾ ਕਿਉਂਕਿ ਉਹਨੂੰ ਕੰਟਰੋਲ ਕਰਕੇ, ਇਸ ਕਰਕੇ ਗੁਲਾਬ ਜਿਹੜਾ ਉਹ ਇੱਕ ਬਕਾਇਦਾ ਇਹਦੇ 'ਤੇ ਖੜ੍ਹਾ ਕੀਤਾ। ਹੁਣ ਲੋਡ ਕਰਨ ਲੱਗਿਆ, ਸ਼ੇਵਲ ਲੋਡ ਕਰਨਾ ਹੈ ਲੋਬਟ ਖੜ੍ਹਾ ਨਾਲ। ਅਤੇ ਜਨਾਬ ਇਹਦੇ 'ਤੇ ਲੋਡ ਕਰਕੇ ਇਹਨਾਂ ਨੇ ਲੈ ਕੇ ਜਾਣਾ, ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਲੋਡ ਕਰਦੇ ਆ। ਆਹ ਸਟਾਰ ਫਾਨ ਵੀ ਲੱਗਾ ਅਤੇ ਕਾਟਾਂ ਵੀ ਖੜੀਆਂ ਜਨਾਬ। ਅਤੇ ਹੁਣ ਇਹ ਲੱਗੇ ਆ ਲੋਡ ਕਰਨ, ਜੰਜੀਰ ਪਾ ਲਿਆ ਇਹਨਾਂ ਨੇ, ਚੈਨਾ ਚੂਨਾ ਕੱਸ ਲਈਆਂ, ਅਤੇ ਹੁਣ ਲੋਬਟ ਜਿਹੜਾ ਉਹ ਨੀਚੇ ਕਰਨਗੇ, ਯਾਨੀ ਕਿ ਸ਼ੇਵਲ ਚੱਕਣਗੇ ਅਤੇ ਫਿਰ ਲੋਬਟ ਆਰਾਮ ਆਰਾਮ ਨਾਲ ਨੀਚੇ ਕਰਦੇ ਆ। ਦਿਖਾਉਂਦੇ ਤੁਹਾਨੂੰ ਇਹ ਜਨਾਬ ਦੂਸਰਾ ਚੱਕਰ ਮੈਂ ਲੈ ਕੇ ਆ ਰਿਹਾ, ਲੇਕਿਨ ਉਹ ਦੇਖੋ ਕਰੇਨ ਜਿਹੜੀ ਆ ਉਹ ਸ਼ੇਵਲ ਚੱਕ ਲਿਆ ਉਹਨੇ, ਅਤੇ ਆਹਿਸਤਾ ਆਹਿਸਤਾ ਲੋਬਟ ਜਿਹੜਾ ਨਾ ਉਹ ਨਜ਼ਦੀਕ ਯਾਨੀ ਕਿ ਨੀਚੇ ਆ ਰਿਹਾ, ਕਿਉਂਕਿ ਕਰੇਨ ਤਾਂ ਅੱਗੇ ਪਿੱਛੇ ਨਹੀਂ ਜਾ ਸਕਦੀ ਨਾ, ਇਸ ਕਰਕੇ ਲੋਬਟ ਜਿਹੜਾ ਉਹ ਨੀਚੇ ਆ ਰਿਹਾ। ਅਤੇ ਜਨਾਬ ਲੋਡ ਹੋ ਰਿਹਾ ਸ਼ੇਵਲ, ਇਹਦਾ ਮਸਲਾ ਹੈ ਮੇਰੇ ਖਿਆਲ ਹੁਣ ਜਾਏਗਾ ਵੱਡੀ ਵਰਕਸ਼ਾਪ, ਉੱਥੋਂ ਕੋਈ ਥੋੜ੍ਹਾ ਬਹੁਤ ਜਿਹੜਾ ਵੀ ਮਸਲਾ ਹੈ ਪੰਪ ਦਾ ਉੱਥੋਂ ਹੀ ਠੀਕ ਹੋਏਗਾ। ਬਾਕੀ ਵਰਕਸ਼ਾਪ ਇੱਥੇ ਹੈ ਤਾਂ ਸਹੀ, ਲੇਕਿਨ ਮੇਨ ਕੰਮ ਵੱਡੀ ਵਰਕਸ਼ਾਪ 'ਚ ਹੀ ਹੁੰਦੇ ਆ। ਅਤੇ ਜਨਾਬ ਅਸੀਂ ਵੀ ਲੱਗੇ ਹਾਂ ਕੰਮ 'ਤੇ, ਰੋਡ ਬਣਾ ਰਹੇ ਨਾਲ ਨਾਲ। ਇਹ ਜਨਾਬ ਆਹਿਸਤਾ ਆਹਿਸਤਾ ਜਿਹੜਾ ਨਾ ਨੀਚੇ ਆ ਰਿਹਾ ਲੋਬਟ, ਕਿਉਂਕਿ ਕਰੇਨ ਦੇ ਨਾਲ ਉਹ ਜਿਹੜੇ ਪੈਦਾਨ ਵਗੈਰਾ ਉਹਨਾਂ ਨੂੰ ਵੀ ਬਚਾਉਣਾ।